1 ਜਨਵਰੀ 1993 ਨੂੰ ਸਮੇਂ ਦੀ ਜ਼ਾਲਮ ਹਕੂਮਤ ਬੇਅੰਤ ਸਿੰਘ ਮੁੱਖ ਮੰਤਰੀ ਜਿਹੜਾ 2% ਵੋਟਾਂ ਲੈ ਕੇ ਪੰਜਾਬ ਦੀ ਸਰਕਾਰ ਬਣੀ ਸੀ, ਉਸ ਜ਼ਾਲਮ ਹਕੂਮਤ ਨੇ ਜਿਸ ਤਰ੍ਹਾਂ ਮੁਗਲ ਹਕੂਮਤ ਨੇ ਭਾਈ ਮਨੀ ਸਿੰਘ ਦਾ ਬੰਦ ਕੱਟਿਆ ਸੀ, ਇਸੇ ਤਰ੍ਹਾਂ ਬੇਅੰਤ ਸਿੰਘ ਮੁੱਖ ਮੰਤਰੀ ਦੇ ਅਫਸਰਾਂ ਸਵਰਨ ਸਿੰਘ ਘੋਟਣਾ SSP ਸੀ, ਗੁਰਮੀਤ ਸਿੰਘ SHO ਅਤੇ ਹੋਰ ਸਾਰਿਆਂ ਨੇ ਉਹਨਾਂ ਨੂੰ ਤਸੀਹੇ ਦੇ ਕੇ ਕੋਹ ਕੋਹ ਕੇ ਸ਼ਹੀਦ ਕੀਤਾ ਅਤੇ ਉਹਨਾਂ ਦੇ ਸਰੀਰ ਦੇ ਟੋਟੇ ਕਰਕੇ ਦਰਿਆ ਵਿੱਚ ਰੋੜ ਦਿੱਤੇ ਸੀਗੇ। ਚਸ਼ਮਦੀਦਾ ਚਾਹੇ ਉਹ ਪੁਲਿਸ ਅਫਸਰ ਸੀਗੇ, ਚਾਹੇ ਪੁਲਿਸ ਮੁਲਾਜ਼ਮ, ਚਾਹੇ ਕੋਈ ਹੋਰ ਆ, ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਥੇਦਾਰ ਸਾਹਿਬ ਦੇ ਤਸੀਹੇ ਦੇ ਕੇ ਉਹਨਾਂ ਦੇ ਸਰੀਰ ਨੂੰ ਨਕਾਰਾ ਕੀਤਾ ਸੀ, ਪਰ ਬਾਅਦ 'ਚ ਸ਼ਹੀਦ ਕਰਨ ਤੋਂ ਇੱਕ ਮਨ ਘੜਤ ਕਹਾਣੀ ਘੜੀ ਗਈ ਕਿ ਜਥੇਦਾਰ 1 ਜਨਵਰੀ ਨੂੰ ਫਰਾਰ ਹੋ ਗਏ। ਇਹਨਾਂ ਨੇ ਇਨਸਾਫ਼ ਦੇ ਨਾਂ 'ਤੇ ਸਰਕਾਰ ਬਣਾਈ 1997 'ਚ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੇ 3 ਵਾਰ ਉਦੋਂ ਬਾਅਦ ਉਹ ਚੀਫ ਮਿਨਿਸਟਰ ਬਣੇ ਰਿਪੋਰਟ ਦੱਬ ਕੇ ਰੱਖੀ। ਜਥੇਦਾਰ ਕੌਂਕੇ ਸਾਹਿਬ ਦੇ ਕਤਲ ਦਾ ਇਨਸਾਫ਼ ਨਹੀਂ ਦਿੱਤਾ। ਕੈਪਟਨ ਅਮਰਿੰਦਰ ਸਿੰਘ ਦੀ 2 ਵਾਰ ਸਰਕਾਰ ਬਣੀ, ਉਹਨੇ ਵੀ ਜਥੇਦਾਰ ਕੌਂਕੇ ਸਾਹਿਬ ਦੇ ਕਤਲ ਦਾ ਇਨਸਾਫ਼ ਨਹੀਂ ਦਿੱਤਾ। ਜਿਨ੍ਹਾਂ ਨੇ ਰਿਪੋਰਟ ਦਬਾ ਕੇ ਰੱਖੀ ਹੈ ਉਹਨਾਂ ਦਾ ਪੰਥ ਰਤਨ ਅਤੇ ਫਖਰੇ ਕੌਮ ਵਾਪਸ ਲਿਆ ਜਾਣਾ ਚਾਹੀਦਾ, ਅਤੇ ਸੁਖਬੀਰ ਸਿੰਘ ਬਾਦਲ ਜੋ 8 ਸਾਲ ਚੀਫ ਮਿਨਿਸਟਰ ਅਤੇ ਹੋਮ ਮਿਨਿਸਟਰ ਰਿਹਾ ਉਹਨੂੰ ਵੀ ਅਕਾਲ ਤਖਤ ਸਾਹਿਬ 'ਤੇ ਤਲਬ ਕਰਕੇ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਲੈ ਕੇ ਧਾਰਮਿਕ ਕਾਰਵਾਈ ਕਰਨੀ ਚਾਹੀਦੀ। ਅਕਬਰ ਸਾਹਿਬ ਪੰਥਕ ਸਰਕਾਰ ਸੀ, ਪੰਥ ਦਾ ਆਪਣੇ ਆਪ ਨੂੰ ਪਾਰਟੀ ਕਹਿ ਰਹੀ, ਉਹ ਮੁੱਖ ਮੰਤਰੀ ਸੀ ਉਹਨਾਂ ਦਾ, ਜਾਂਚ ਦੇ ਹੁਕਮ ਉਹਨਾਂ ਦਿੱਤੇ, ਰਿਪੋਰਟ ਫਿਰ ਕਿਵੇਂ ਦੱਬੀ ਰਹਿ ਗਈ? ਦੇਖੋ, ਇਹੀ ਪੰਥ ਦੇ ਨਾਲ ਜਿਹੜਾ ਹੈਗਾ ਵਾ ਵਾਅਦਾ ਖਿਲਾਫੀ ਕੀਤੀ ਪ੍ਰਕਾਸ਼ ਸਿੰਘ ਬਾਦਲ ਨੇ ਕਿ ਪੰਥ ਦੇ ਨਾਂ 'ਤੇ ਸਰਕਾਰ ਬਣਾਈ। ਪੰਥ 'ਤੇ ਪੰਜਾਬ ਨੇ ਭਰੋਸਾ ਕਰਕੇ 1997 'ਚ ਸਰਕਾਰ ਬਣਾ ਦਿੱਤੀ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਿਆ, ਪਰ ਉਸ ਨੇ ਪਹਿਲਾਂ ਤਾਂ ਵਾਅਦਾ ਖਿਲਾਫੀ ਕਰਤੀ ਕਿ ਬਣਾਇਆ ਕੀਤਾ ਹੀ ਕੁਛ ਨਹੀਂ। ਫਿਰ ਪੰਥ ਦੀਆਂ ਸ਼ਖਸੀਅਤਾਂ ਮਿਲੀਆਂ, ਆਗੂ ਮਿਲੇ, ਤਾਂ ਫਿਰ 1 ਮੈਂਬਰੀ ਜਾਂਚ ਕਮਿਸ਼ਨ ਬਣਾ ਦਿੱਤਾ। ਜਦੋਂ ਭਾਈ ਗੁਰਦੀਪ ਸਿੰਘ ਕੌਂਕੇ ਨੂੰ ਇਸ ਤਰ੍ਹਾਂ ਤਸੀਹੇ ਦੇ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ, ਪਰ ਜਥੇਦਾਰ ਬਹੁਤ ਬਦਲੇ ਨੇ, ਇੱਕ ਵੀ ਸਮਾਗਮ ਆ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਨਾ ਹੋਣਾ। ਅਤੇ ਜਿਨ੍ਹਾਂ ਨੇ ਮਨਾਉਣਾ ਸੀ ਪੰਥ ਦੀਆਂ 2 ਸਿਰਮੌਰ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਉਹ ਬਾਦਲ ਪਰਿਵਾਰ ਦੇ ਪ੍ਰਬੰਧ 'ਚ ਸੀ, ਕਬਜ਼ੇ 'ਚ ਸੀਗੀ, ਤਾਂ ਉਹਨਾਂ ਨੇ ਇਹ ਰਿਪੋਰਟ ਨੂੰ ਦਬਾਇਆ ਸੀਗਾ। ਕਹਿੰਦੇ ਸਾਬਕਾ DGP ਸਮੇਤ ਸੈਣੀ ਦਾ ਜ਼ਿਕਰ ਨਹੀਂ ਹੈਗਾ ਜਿਹੜੀ ਹੁਣ ਕੰਪਲੇਂਟ ਦਿੱਤੀ ਗਈ ਆ, ਕਹਿੰਦੇ ਉਹਨੇ ਵੀ ਭਾਈ ਸਾਹਿਬ ਕੌਂਕੇ ਸਾਹਿਬ ਦੇ ਮੂੰਹ 'ਤੇ ਸਿਗਰਟ ਦਾ ਧੂੰਹਾਂ ਛੱਡਿਆ ਸੀ। ਦੇਖੋ, ਜਿਹੜਾ ਜਥੇਦਾਰ ਏਡਾ ਵਿਵੇਕੀ ਸਿੰਘ ਸੀਗਾ, ਆਪਦਾ ਪ੍ਰਸ਼ਾਦਾ ਬਣਾ ਕੇ ਛਕਦਾ ਸੀਗਾ, ਜਿਹੜਾ ਕਿਸੇ ਦੇ ਹੱਥੋਂ ਜਾਂ ਬਾਹਰੋਂ ਨਹੀਂ ਸੀ ਛਕਦਾ, ਉਹਦੇ ਮੂੰਹ 'ਤੇ ਇੱਦਾਂ ਸਿਗਰਟਾਂ ਦਾ ਧੂੰਆਂ ਮਾਰਨ ਵਾਲਾ ਸੁਮੇਧ ਸੈਣੀ, ਉਹਨੂੰ ਤਾਂ ਛੱਡਿਆ ਸ਼੍ਰੋਮਣੀ ਕਮੇਟੀ ਨੇ ਕਿਉਂਕਿ ਉਹਨੂੰ ਬਾਦਲਾਂ ਨੇ DGP ਲਾਇਆ ਸੀਗਾ। ਜਿਸ ਤਰ੍ਹਾਂ ਸਾਬਕਾ ਅਫਸਰ ਗੁਰਤੇਜ ਸਿੰਘ ਵੀ ਖੁਲਾਸੇ ਕਰ ਰਹੇ ਨੇ, ਉਹ ਕਹਿੰਦੇ ਵੀ ਜਦੋਂ ਅਸੀਂ ਗਏ ਸੀ ਤਾਂ ਉਹ ਜਿਹੜਾ ਤਤਕਾਲੀ SSP ਸੀ ਘੋਟਣਾ, ਤਾਂ ਉਹ ਬਾਦਲ ਦੇ ਕਮਰੇ 'ਚੋਂ ਨਿਕਲ ਰਿਹਾ ਸੀ, ਕਹਿੰਦੇ ਉਹਨਾਂ ਨਾਲ ਨੇੜਤਾ ਬੜੀ ਸੀ, PA ਬਣ ਕੇ ਕੰਮ ਕਰਦਾ ਸੀ। ਇਹਦੇ ਵਾਸਤੇ ਜਿਹੜੇ ਚਸ਼ਮਦੀਦ ਆ ਉਹਨਾਂ ਨੂੰ ਖੁੱਲ੍ਹ ਕੇ ਪੰਥ ਦੇ ਸਾਹਮਣੇ ਦੱਸਣਾ ਚਾਹੀਦਾ, ਅਤੇ ਇਹਨਾਂ ਦੀਆਂ ਕਰਤੂਤਾਂ ਹੋਰ ਨੰਗੀਆਂ ਹੋਣੀਆਂ ਚਾਹੀਦੀਆਂ ਕਿ ਕਿਸ ਤਰ੍ਹਾਂ ਇਹਨਾਂ ਪੰਥ ਦੇ ਪੰਜਾਬ ਦੇ ਖਿਲਾਫਤ ਜਿਹੜੇ ਦੋਸ਼ੀ ਸੀ, ਕਾਤਲ ਸੀ, ਬੁੱਚੜਾਂ ਵਾਲਾ ਰਵੱਈਆ ਰੱਖਣ ਵਾਲੇ ਅਫਸਰ ਸੀ, ਉਹਨਾਂ ਨਾਲ ਬਾਦਲਾਂ ਨੇ ਯਾਰੀਆਂ ਰੱਖੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ 32 ਸਾਲ ਬਾਅਦ ਜ਼ਿਕਰ ਹੋ ਰਿਹਾ ਹੈ, 32 ਸਾਲ ਬਾਅਦ ਉਹਨਾਂ ਦਾ ਮੁੱਦਾ ਇੱਕ ਵਾਰ ਫਿਰ ਉੱਠਿਆ ਹੈ, ਪੰਥਕ ਸਰਕਾਰ ਵੀ ਰਹੀ ਹੈ, ਤਾਂ ਉਹਨਾਂ ਦੀ ਸਰਕਾਰ ਦੇ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ, ਉਸ ਤੋਂ ਬਾਅਦ ਉਹਨਾਂ ਨੇ ਸਰਕਾਰ ਹੰਢਾਈ, ਪਰ ਅੱਗੇ ਜਾਂਚ ਨਹੀਂ ਚੱਲੀ, ਅਤੇ ਹੁਣ ਇਸੇ ਦੌਰਾਨ ਸਿੱਖ ਕੌਮ ਉਸ ਸਮੇਂ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦਾ ਜਿਹੜਾ ਖਿਤਾਬ ਸੀ ਉਹ ਵਾਪਸ ਲੈਣ ਦੀ ਮੰਗ ਕਰ ਰਹੀ ਆ। ਸਾਡੇ ਨਾਲ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਭਾਈ ਬਲਜੀਤ ਸਿੰਘ ਦਾਦੂਵਾਲ, ਇਹਨਾਂ ਦੇ ਵੱਲੋਂ ਵੀ ਇੱਕ ਐਲਾਨ ਕੀਤਾ ਗਿਆ 25 ਜਨਵਰੀ ਨੂੰ ਭਾਈ ਗੁਰਦੇਵ ਸਿੰਘ ਕੌਂਕੇ ਦੀ ਯਾਦ ਦੇ ਵਿੱਚ ਇੱਕ ਸਮਾਗਮ ਕਰਵਾਇਆ ਜਾ ਰਿਹਾ। ਗੱਲਬਾਤ ਕਰਾਂਗੇ ਦਾਦੂਵਾਲ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ। ਸਤਿਕਾਰ ਸਾਹਿਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਦਾਦੂਵਾਲ ਸਾਹਿਬ, ਕਿਸ ਤਰ੍ਹਾਂ ਦਾ ਸਮਾਗਮ ਰੱਖਿਆ ਗਿਆ ਭਾਈ ਕੌਂਕੇ ਦੀ ਯਾਦ ਦੇ ਵਿੱਚ 25 ਜਨਵਰੀ ਨੂੰ, ਕੀ ਹੈ ਸਮਾਗਮ ਦੀ ਰੂਪਰੇਖਾ? ਦੇਖੋ, ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਬੜੇ ਨਾਮ ਬਾਣੀ ਦੇ ਧਾਰਨੀ ਗੁਰਸਿੱਖੀ 'ਚ ਪਰਪੱਕ ਗੁਰਸਿੱਖ ਹੋਏ ਆ, ਜਿਨ੍ਹਾਂ ਨੇ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ, ਅੰਮ੍ਰਿਤ ਸੰਚਾਰ ਕੀਤਾ ਵੱਡੀ ਪੱਧਰ 'ਤੇ। ਪਰ ਸਿਤਮ ਦੀ ਗੱਲ ਆ ਕਿ 1 ਜਨਵਰੀ 1993 ਨੂੰ ਸਮੇਂ ਦੀ ਜ਼ਾਲਮ ਹਕੂਮਤ, ਬੇਅੰਤ ਸਿੰਘ ਮੁੱਖ ਮੰਤਰੀ, ਜਿਹੜਾ 2% ਵੋਟਾਂ ਲੈ ਕੇ ਪੰਜਾਬ ਦੀ ਸਰਕਾਰ ਬਣੀ ਸੀ, ਕਿਉਂਕਿ ਪੰਥ ਨੇ ਉਹਨਾਂ ਵੋਟਾਂ ਦਾ ਬਾਈਕਾਟ ਕਰ ਦਿੱਤਾ ਸੀ, ਪੰਥਕ ਜਥੇਬੰਦੀਆਂ ਨੇ 1992 'ਚ। ਉਸ ਜ਼ਾਲਮ ਹਕੂਮਤ ਨੇ ਜਿਸ ਤਰ੍ਹਾਂ ਮੁਗਲ ਹਕੂਮਤ ਨੇ ਭਾਈ ਮਨੀ ਸਿੰਘ ਦਾ ਬੰਦ ਕੱਟਿਆ ਸੀ, ਇਸੇ ਤਰ੍ਹਾਂ ਬੇਅੰਤ ਸਿੰਘ ਮੁੱਖ ਮੰਤਰੀ ਦੇ ਅਫਸਰਾਂ, ਸਵਰਨ ਸਿੰਘ ਘੋਟਣਾ SSP ਸੀ, ਗੁਰਮੀਤ ਸਿੰਘ SHO ਅਤੇ ਹੋਰ ਸਾਰਿਆਂ ਨੇ ਉਹਨਾਂ ਨੂੰ ਤਸੀਹੇ ਦੇ ਕੇ ਕੋਹ ਕੋਹ ਕੇ ਸ਼ਹੀਦ ਕੀਤਾ ਅਤੇ ਉਹਨਾਂ ਦੇ ਸਰੀਰ ਦੇ ਟੋਟੇ ਕਰਕੇ ਦਰਿਆ ਵਿੱਚ ਰੋੜ ਦਿੱਤੇ ਸੀਗੇ। 25 ਦਸੰਬਰ 1992 ਨੂੰ ਉਹਨਾਂ ਦੇ ਪਿੰਡ ਗੁਰੂਸਰ ਕੌਂਕੇ ਤੋਂ ਗੁਰਦੁਆਰਾ ਸਾਹਿਬ ਕਥਾ ਕਰਨ ਉਪਰੰਤ ਸੈਂਕੜੇ ਸੰਗਤਾਂ ਦੀ ਹਾਜ਼ਰੀ 'ਚ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਪੁਲਿਸ ਹਿਰਾਸਤ ਦੇ ਵਿੱਚ ਹੀ ਉਹਨਾਂ ਨੂੰ ਜਿਹੜਾ ਸੀਗਾ ਉਹ ਸ਼ਹੀਦ ਹੋ ਗਏ। ਉਸ ਤੋਂ ਬਾਅਦ ਜਦੋਂ ਗ੍ਰਿਫਤਾਰ ਕੀਤੇ, ਬਾਹਰ ਨਹੀਂ ਆਏ, ਜਿਹੜੇ ਉਸ ਵੇਲੇ ਦੇ ਚਸ਼ਮਦੀਦ ਆ, ਚਾਹੇ ਉਹ ਪੁਲਿਸ ਅਫਸਰ ਸੀਗੇ, ਚਾਹੇ ਪੁਲਿਸ ਮੁਲਾਜ਼ਮ, ਚਾਹੇ ਕੋਈ ਹੋਰ ਆ, ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਥੇਦਾਰ ਸਾਹਿਬ ਦੇ ਤਸੀਹੇ ਦੇ ਕੇ ਉਹਨਾਂ ਦੇ ਸਰੀਰ ਨੂੰ ਨਕਾਰਾ ਕੀਤਾ ਸੀ। ਪਰ ਬਾਅਦ 'ਚ ਸ਼ਹੀਦ ਕਰਨ ਤੋਂ ਇੱਕ ਮਨ ਘੜੰਤ ਕਹਾਣੀ ਘੜੀ ਗਈ ਕਿ ਜਥੇਦਾਰ 1 ਜਨਵਰੀ ਨੂੰ ਫਰਾਰ ਹੋ ਗਏ ਆ, ਜਦੋਂ ਕਿ ਉਹਨਾਂ ਦਾ ਸਰੀਰ ਤੁਰਨ ਵਾਲੀ ਹਾਲਤ ਵਿੱਚ ਵੀ ਨਹੀਂ ਸੀਗਾ। ਸੋ ਇਸ ਤਰ੍ਹਾਂ ਜਥੇਦਾਰ ਕੌਂਕੇ ਸਾਹਿਬ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਉਹਨਾਂ ਦਾ ਪਰਿਵਾਰ ਤਾਂ ਮਨਾਉਂਦਾ ਰਿਹਾ, ਕੁਝ ਜਥੇਬੰਦੀਆਂ ਲੋਕਲ ਉਹਨਾਂ ਦੇ ਗੁਰੂ ਘਰ ਦੇ ਵਿੱਚ ਨਗਰ ਦੇ, ਪਰ ਪਹਿਲੀ ਵਾਰ ਆ ਕਿ ਇਹ ਰਿਪੋਰਟ ਜਦੋਂ ਜਨਤਕ ਹੋਈ ਆ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ 31 ਸਾਲਾਂ ਬਾਅਦ, ਤਾਂ ਪੰਥ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ 1 ਜਨਵਰੀ 2024 ਨੂੰ ਜਥੇਦਾਰ ਕੌਂਕੇ ਸਾਹਿਬ ਦਾ ਸ਼ਹੀਦੀ ਦਿਹਾੜਾ ਅਕਾਲ ਤਖ਼ਤ ਸਾਹਿਬ 'ਤੇ ਮਨਾਇਆ। ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 10 ਜਨਵਰੀ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਮਨਾਇਆ। ਸੋ ਇਸ ਤਰ੍ਹਾਂ ਇਨਸਾਫ਼ ਦੀ ਇੱਕ ਜਿਹੜੀ ਆ ਉਹ ਲਹਿਰ ਤੁਰੀ ਆ ਕਿ ਜਥੇਦਾਰ ਕੌਂਕੇ ਸਾਹਿਬ ਦਾ ਇਨਸਾਫ਼ ਹੋਣਾ ਚਾਹੀਦਾ, ਹੋਰ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਕਤਲੇਆਮ ਹੋਇਆ, ਉਹਨਾਂ ਦਾ ਇਨਸਾਫ਼ ਹੋਣਾ ਚਾਹੀਦਾ। ਅਤੇ ਇਸੇ ਤਹਿਤ ਹੀ ਅੱਜ ਅਸੀਂ ਗੁਰਦੁਆਰਾ ਨਾਢਾ ਸਾਹਿਬ ਵਿਖੇ ਮੀਟਿੰਗ ਕੀਤੀ ਸੀ। ਮੇਰੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਰਦਾਰ ਸੁਦਰਸ਼ਨ ਸਿੰਘ ਜੀ ਸਹਿਗਲ ਅੰਬਾਲੇ ਤੋਂ ਸੀਨੀਅਰ ਮੈਂਬਰ ਨੇ, ਸਰਦਾਰ TP ਸਿੰਘ ਜੀ ਅੰਬਾਲੇ ਤੋਂ ਸੀਨੀਅਰ ਮੈਂਬਰ ਨੇ, ਸਰਦਾਰ ਸੁਖਵਿੰਦਰ ਸਿੰਘ ਜੀ ਮੰਡੇਬਰ ਜਮੁਨਾ ਨਗਰ ਤੋਂ ਸੀਨੀਅਰ ਮੈਂਬਰ ਨੇ, ਮੌਜੂਦਾ ਮੈਂਬਰ ਔਰ ਸਾਬਕਾ ਜਨਰਲ ਸਕੱਤਰ ਸਰਦਾਰ ਗੁਰਵਿੰਦਰ ਸਿੰਘ ਧਮੀਜਾ ਇੱਥੇ ਪਹੁੰਚੇ, ਜਥੇਦਾਰ ਗੁਰਵੀਰ ਸਿੰਘ ਜੀ ਤਲਾ ਕੌਰ ਕਿਸਾਨ ਆਗੂ ਇੱਥੇ ਪਹੁੰਚੇ ਹਰਿਆਣੇ 'ਚੋਂ, ਔਰ ਜਥੇਦਾਰ ਰਜਿੰਦਰ ਸਿੰਘ ਬਕਾਲਾ ਔਰ ਜਥੇਦਾਰ ਚਰਨ ਸਿੰਘ ਪ੍ਰੇਮਪੁਰਾ USA ਤੋਂ ਅਤੇ ਹੋਰ ਬਹੁਤ ਸਾਰੇ ਸਿੰਘ ਹੈ, ਭਾਈ ਕੁਲਦੀਪ ਸਿੰਘ ਚੰਡੀਗੜ੍ਹ ਤੋਂ, ਹੋਰ ਸਾਰੇ ਜਿੰਨੇ ਸਿੰਘ ਇੱਥੇ ਪਹੁੰਚੇ। ਅੱਜ ਇੱਥੇ ਗੁਰਮਤਾ ਕੀਤਾ ਗਿਆ ਕਿ ਜਥੇਦਾਰ ਕੌਂਕੇ ਸਾਹਿਬ ਦਾ ਦਿਨ ਹਰਿਆਣੇ ਦੀਆਂ ਸੰਗਤਾਂ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇੱਥੇ ਸ਼ਹੀਦੀ ਸਮਾਗਮ ਕੀਤਾ ਜਾਵੇ, ਉਹਨਾਂ ਦੇ ਪਰਿਵਾਰ ਦਾ ਸਨਮਾਨ ਕੀਤਾ ਜਾਵੇ ਅਤੇ ਇਨਸਾਫ਼ ਦੀ ਲੜਾਈ ਵਿੱਚ ਪੰਥ ਦਾ ਸਾਥ ਦਿੱਤਾ ਜਾਵੇ। ਤਾਂ ਅੱਜ ਅਸੀਂ ਇੱਥੇ ਐਲਾਨ ਕੀਤਾ, ਮਤਾ ਪਾਸ ਕੀਤਾ, ਸ਼੍ਰੀ ਅਖੰਡ ਪਾਠ ਸਾਹਿਬ ਬੁੱਕ ਕੀਤੇ ਆ ਗੁਰਦੁਆਰਾ ਨਾਢਾ ਸਾਹਿਬ ਵਿਖੇ, ਜੋ 23 ਤਰੀਕ ਨੂੰ ਆਰੰਭ ਹੋਣਗੇ, 23 ਜਨਵਰੀ ਨੂੰ ਅਤੇ 25 ਜਨਵਰੀ ਨੂੰ ਉਹਨਾਂ ਦੇ ਸਵੇਰੇ ਭੋਗ ਪਾਏ ਜਾਣਗੇ, ਔਰ ਭੋਗ ਤੋਂ ਉਪਰੰਤ ਫਿਰ 2 ਵਜੇ ਤੱਕ ਜਿਹੜਾ ਸ਼ਹੀਦੀ ਸਮਾਗਮ ਆ ਗੁਰਦੁਆਰਾ ਨਾਢਾ ਸਾਹਿਬ ਵਿਖੇ ਚੱਲੇਗਾ, ਜਿਹੜਾ ਜਿੱਥੇ ਪੰਥਕ ਆਗੂ ਪਹੁੰਚਣਗੇ,
ਪੰਥ ਉਹਨਾਂ ਦੇ ਪਰਿਵਾਰ ਦਾ ਸਨਮਾਨ ਹੋਊਗਾ। ਅਤੇ ਮੈਂ ਅਪੀਲ ਕਰਦਾ ਸਿੱਖ ਸੰਗਤਾਂ ਨੂੰ ਕਿ ਵਹੀਰਾਂ ਘੱਤ ਕੇ ਜਥੇਦਾਰ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇੱਥੇ ਆਓ, ਤਾਂ ਕਿ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾ ਕੇ ਉਹਨਾਂ ਦੇ ਪਰਿਵਾਰ ਦਾ ਸਨਮਾਨ ਕਰਕੇ ਅਤੇ ਅੱਗੇ ਕਾਨੂੰਨੀ ਲੜਾਈ ਜਿਹੜੀ ਆ ਜਾਂ ਧਾਰਮਿਕ ਲੜਾਈ ਆ ਉਹਨੂੰ ਪ੍ਰਚੰਡ ਕੀਤਾ ਜਾਵੇ। ਉਹ ਵਕੀਲਾਂ ਦੇ ਪੈਨਲ ਵੀ ਬਣੇ ਆ ਉਹਨਾਂ ਦਾ ਸਹਿਯੋਗ, ਅਤੇ ਧਾਰਮਿਕ ਲੜਾਈ ਵੀ ਕਿ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਨੂੰ ਸਜਾਵਾਂ ਅਤੇ ਜਿਨ੍ਹਾਂ ਨੇ ਜਾਂਚ ਰਿਪੋਰਟਾਂ ਨੂੰ ਦਬਾ ਕੇ ਰੱਖਿਆ। ਜ਼ੁਲਮੋ ਸਿਤਮ ਦੀ ਗੱਲ ਆ ਕਿ ਜਿਨ੍ਹਾਂ ਨੇ ਇਨਸਾਫ਼ ਦੇ ਨਾਂ 'ਤੇ ਸਰਕਾਰ ਬਣਾਈ 1997 'ਚ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੇ 3 ਵਾਰ ਉਦੋਂ ਬਾਅਦ ਉਹ ਚੀਫ ਮਿਨਿਸਟਰ ਬਣੇ ਰਿਪੋਰਟ ਦੱਬ ਕੇ ਰੱਖੀ। ਜਥੇਦਾਰ ਕੌਂਕੇ ਸਾਹਿਬ ਦੇ ਕਤਲ ਦਾ ਇਨਸਾਫ਼ ਨਹੀਂ ਦਿੱਤਾ। ਕੈਪਟਨ ਅਮਰਿੰਦਰ ਸਿੰਘ ਦੀ 2 ਵਾਰ ਸਰਕਾਰ ਬਣੀ, ਉਹਨੇ ਵੀ ਜਥੇਦਾਰ ਕੌਂਕੇ ਸਾਹਿਬ ਦੇ ਕਤਲ ਦਾ ਇਨਸਾਫ਼ ਨਹੀਂ ਦਿੱਤਾ। ਜਿਨ੍ਹਾਂ ਨੂੰ ਤਸ਼ੱਦਦ ਕਰਕੇ ਸਰੀਰ ਨਕਾਰਾ ਕਰ ਦਿੱਤਾ ਸੀ ਉਹ ਕਿਵੇਂ ਫਰਾਰ ਹੋ ਸਕਦੇ ਆ? ਸੋ ਅੱਜ ਇਹ ਜਿਹੜੀ ਮਨਘੜਤ ਕਹਾਣੀ ਸੀ ਪੁਲਿਸ ਦੀ ਉਹ ਜਨਤਕ ਹੋ ਗਈ ਆ। ਬੀਪੀ ਤਿਵਾੜੀ ਜਿਹੜਾ IPS ਸੀਨੀਅਰ ਅਫਸਰ ਸੀਗਾ, ADGP ਔਰ ਇਮਾਨਦਾਰ ਅਫਸਰ ਸੀ, ਉਹਦੇ ਬਾਰੇ ਜੋ ਸੁਣਿਆ ਸੀ, ਅਤੇ ਇੱਕ ਗੈਰ ਸਿੱਖ ਅਫਸਰ ਸੀ, ਉਹਨੇ ਦੋਸ਼ੀਆਂ ਦੇ ਨਾਂ ਜਿਹੜੇ ਸੀ ਉਸ ਰਿਪੋਰਟ 'ਚ ਨਸਰ ਕਰ ਦਿੱਤੇ ਸੀਗੇ ਅਤੇ ਦੱਸਿਆ ਸੀ ਕਿ FIR ਬਣਦੀ ਹੈ, ਇਸ ਕਤਲ ਦੀ ਤਹਿਕੀਕਾਤ ਹੋਣੀ ਚਾਹੀਦੀ ਆ ਅਤੇ ਇਹਦਾ ਇਨਸਾਫ਼ ਜਿਹੜਾ ਉਹ ਮਿਲਣਾ ਚਾਹੀਦਾ। ਅਤੇ ਨਾਲ ਹੀ ਹੁਣ ਪੰਥ ਵੱਲੋਂ ਆਵਾਜ਼ ਜਿਹੜੀ ਬੁਲੰਦ ਅਕਾਲ ਤਖ਼ਤ ਸਾਹਿਬ 'ਤੇ ਵੀ ਇਕੱਤਰਤਾ ਹੋਈ ਆ ਅਤੇ ਦਿੱਲੀ ਵੀ ਹੋਈ ਆ ਕਿ ਜਿਨ੍ਹਾਂ ਨੇ ਰਿਪੋਰਟ ਦਬਾ ਕੇ ਰੱਖੀ ਆ ਉਹਨਾਂ ਦਾ ਪੰਥ ਰਤਨ ਅਤੇ ਫਖਰੇ ਕੌਮ ਵਾਪਸ ਲਿਆ ਜਾਣਾ ਚਾਹੀਦਾ। ਅਤੇ ਸੁਖਬੀਰ ਸਿੰਘ ਬਾਦਲ ਜੋ 8 ਸਾਲ ਚੀਫ ਮਿਨਿਸਟਰ ਅਤੇ ਹੋਮ ਮਿਨਿਸਟਰ ਰਿਹਾ ਉਹਨੂੰ ਵੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਕੇ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਲੈ ਕੇ ਧਾਰਮਿਕ ਕਾਰਵਾਈ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਸਮਾਗਮ ਹੋਏਗਾ, ਪਰਿਵਾਰ ਵੀ ਭਾਈ ਸਾਹਿਬ ਦਾ ਪਹੁੰਚੇਗਾ, ਜਿਹੜੇ ਤਤਕਾਲੀ ਉਸ ਸਮੇਂ ਦਾ ਕੌਂਸਟੇਬਲ ਆ ਦਰਸ਼ਨ ਸਿੰਘ, ਉਹਨੂੰ ਵੀ ਸੱਦਾ ਦੇਵੋਂਗੇ? ਕਿਉਂਕਿ ਸੰਗਤ ਇਕੱਠੀ ਹੋਊਗੀ, ਸੰਗਤ ਨੂੰ ਵੀ ਪਤਾ ਚੱਲ ਸਕੇ, ਕਿਉਂਕਿ ਉਹਨੇ ਆਪਣੀ ਅੱਖੀਂ ਗੋਲੀ ਮਾਰਦੇ ਹੋਏ ਦੇਖਿਆ SSP ਘੋਟਣੇ ਨੂੰ ਕਿਸ ਤਰ੍ਹਾਂ ਤਸੀਹੇ ਦਿੱਤੇ, ਉਹਨਾਂ ਨੂੰ ਵੀ ਤੁਸੀਂ ਸੱਦਾ ਦੇਵੋਂਗੇ, ਉਹਨਾਂ ਨੂੰ ਬੁਲਾਵੋਂਗੇ? ਕਿਉਂਕਿ ਜਦੋਂ ਇਕੱਠ ਰੱਖਿਆ ਜਾਵੇਗਾ ਤਾਂ ਫਿਰ ਸੰਗਤ ਇਕੱਠੀ ਹੋਊਗੀ, ਉਹਨਾਂ ਨੂੰ ਵੀ ਪਤਾ ਚੱਲੇਗਾ ਕਿਵੇਂ ਤਸੀਹੇ ਦਿੱਤੇ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਵੀ ਸਨਮਾਨ ਉਹਨਾਂ ਦਾ ਕੀਤਾ ਗਿਆ, ਪਰਿਵਾਰ ਦਾ ਵੀ, ਗਵਾਹਾਂ ਦਾ ਵੀ। ਇਸੇ ਤਰ੍ਹਾਂ ਇੱਥੇ ਅਸੀਂ ਸਭ ਨੂੰ ਸੱਦਾ ਦੇਵਾਂਗੇ ਔਰ ਉਹਨਾਂ ਨੂੰ ਇੱਥੇ ਬੁਲਾ ਕੇ ਗੁਰਦੁਆਰਾ ਨਾਢਾ ਸਾਹਿਬ ਵਿਖੇ ਸਨਮਾਨ ਦਿੱਤਾ ਜਾਊਗਾ, ਸਨਮਾਨਿਤ ਕੀਤਾ ਜਾਊਗਾ ਕਿ ਜਿਨ੍ਹਾਂ ਨੇ ਆਪਣੇ ਸਰੀਰ ਦੀ ਪਰਵਾਹ ਨਾ ਕਰਦਿਆਂ ਜ਼ੁਲਮੋ ਸਿਤਮ ਦੀ ਕਹਾਣੀ ਨੂੰ ਜਿਹੜਾ ਸੀ ਉਹ ਬਿਆਨ ਕੀਤਾ, ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜਥੇਦਾਰ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਜੀ ਦਦਵਾਲ ਸਾਹਿਬ, ਪੰਥਕ ਸਰਕਾਰ ਸੀ, ਪੰਥ ਦਾ ਆਪਣੇ ਆਪ ਨੂੰ ਪਾਰਟੀ ਕਹਿ ਰਹੀ, ਉਹ ਮੁੱਖ ਮੰਤਰੀ ਸੀ ਉਹਨਾਂ ਦਾ, ਜਾਂਚ ਦੇ ਹੁਕਮ ਉਹਨਾਂ ਨੇ ਦਿੱਤੇ, ਰਿਪੋਰਟ ਫਿਰ ਕਿਵੇਂ ਦੱਬੀ ਰਹਿ ਗਈ ਜਾਂਦਾ? ਦੇਖੋ, ਇਹੀ ਪੰਥ ਦੇ ਨਾਲ ਜਿਹੜਾ ਹੈਗਾ ਵਾ ਵਾਅਦਾ ਖਿਲਾਫੀ ਕੀਤੀ ਪ੍ਰਕਾਸ਼ ਸਿੰਘ ਬਾਦਲ ਨੇ ਕਿ ਪੰਥ ਦੇ ਨਾਂ 'ਤੇ ਸਰਕਾਰ ਬਣਾਈ। ਚੋਣ ਮੈਨੀਫੈਸਟੋ 'ਚ ਲਿਖਿਆ ਕਿ ਜਥੇਦਾਰ ਕੌਂਕੇ ਸਾਹਿਬ ਅਤੇ ਹੋਰ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਕਾਨੂੰਨ ਦੇ ਕਟਹਿਰੇ 'ਚ ਖੜਾ ਕਰਾਂਗੇ, ਸਜਾਵਾਂ ਦੇਵਾਂਗੇ। ਪੰਥ 'ਤੇ ਪੰਜਾਬ ਨੇ ਭਰੋਸਾ ਕਰਕੇ 1997 'ਚ ਸਰਕਾਰ ਬਣਾ ਦਿੱਤੀ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਿਆ। ਪਰ ਉਸ ਨੇ ਪਹਿਲਾਂ ਤਾਂ ਵਾਅਦਾ ਖਿਲਾਫੀ ਕਰਤੀ ਕਿ ਬਣਾਇਆ ਹੀ ਕੀਤਾ ਹੀ ਕੁਛ ਨਹੀਂ, ਫਿਰ ਪੰਥ ਦੀਆਂ ਸ਼ਖਸੀਅਤਾਂ ਮਿਲੀਆਂ, ਆਗੂ ਮਿਲੇ, ਤਾਂ ਫਿਰ ਇੱਕ ਮੈਂਬਰੀ ਜਾਂਚ ਕਮਿਸ਼ਨ ਬਣਾ ਤਾ, ਇੱਕ ਗੈਰ ਸਿੱਖ ਪੁਲਿਸ ਅਫਸਰ ਦਾ, ਪਰ ਉਹ ਇਮਾਨਦਾਰ ਸੀ, BP ਤਿਵਾੜੀ ADGP, ਉਸ ਨੇ ਰਿਪੋਰਟ ਜਿਹੜੀ ਸੀ ਤਹਿਕੀਕਾਤ ਕਰਕੇ ਅਤੇ ਉਹ ਸਬਮਿਟ ਕਰਤੀ ਪ੍ਰਕਾਸ਼ ਸਿੰਘ ਬਾਦਲ ਹੋਣਾਂ ਨੂੰ, ਦੋਸ਼ੀਆਂ ਦਾ ਵਿੱਚ ਨਾਂ ਅਤੇ FIR ਲਾਂਚ ਕਰਨ ਦਾ ਇਸ਼ਾਰਾ ਕਰਤਾ ਵੀ ਇਹ ਵਾਕਈ ਕਤਲ ਹੋਇਆ। ਪਰ ਪ੍ਰਕਾਸ਼ ਸਿੰਘ ਬਾਦਲ ਦਰਜ ਕਰਨੀ ਸੀ FIR ਜਦੋਂ ਰਿਪੋਰਟ ਦੇ ਵਿੱਚ ਲਿਖ ਦਿੱਤਾ ਗਿਆ ਕਿ ਸਿਰ ਇਹ ਮਨਘੜਤ ਕਹਾਣੀ ਆ ਭੱਜਣ ਦੀ, FIR ਦਰਜ ਕੀਤੀ ਜਾਵੇ, ਜਾਂਚ ਬੈਠੇ ਉਹਨਾਂ ਅਫਸਰਾਂ 'ਤੇ, ਫਿਰ ਦਰਜ ਕਿਹਨੇ ਕਰਨੀ ਸੀ? FIR ਤਾਂ ਮੁੱਖ ਮੰਤਰੀ ਨੇ ਹੀ ਕਰਾਉਣੀ ਸੀ, ਜਦੋਂ ਮੁੱਖ ਮੰਤਰੀ ਨੇ ਜਾਂਚ ਕਮਿਸ਼ਨ ਬਣਾਇਆ, ਮੁੱਖ ਮੰਤਰੀ ਨੂੰ ਰਿਪੋਰਟ ਮਿਲੀ,
ਅਤੇ ਮੁੱਖ ਮੰਤਰੀ ਨੇ ਹੀ ਆਰਡਰ ਕਰਨੇ ਸੀਗੇ। ਹੁਣ ਵੀ ਇਸੇ ਕੰਮ ਵਾਸਤੇ ਅਸੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਪੰਥਕ ਜਥੇਬੰਦੀਆਂ ਦਾ ਵਫਦ ਮਿਲ ਰਿਹਾ ਕਿ ਚਲੋ ਉਹਨਾਂ ਨੇ ਨਹੀਂ ਕੀਤਾ ਅਤੇ ਅੱਜ ਤੁਹਾਡਾ ਸਮਾਂ ਵਾ, ਜਾਂਚ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਜਿਹੜਾ ਹੈਗਾ ਵਾ FIR ਲਾਂਚ ਕੀਤੀ ਜਾਵੇ ਦੋਸ਼ੀਆਂ ਦੇ ਖਿਲਾਫ। ਅਸੀਂ ਕਿਸੇ ਬੇਕਸੂਰ ਤੇ ਕਾਰਵਾਈ ਨਹੀਂ ਚਾਹੁੰਦੇ, ਪਰ ਜਿਹੜੇ ਗੁਨਾਹਗਾਰ ਸੀਐਮ ਦੇ ਨਾਲ ਕਦੋਂ ਤੱਕ ਮੁਲਾਕਾਤ, ਉਹਦੇ ਵਾਸਤੇ ਪੰਥਕ ਜਥੇਬੰਦੀਆਂ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਲ ਜਿਹੜਾ ਹੈਗਾ ਉਹ ਰਾਬਤਾ ਕਾਇਮ ਕੀਤਾ ਗਿਆ ਵਾ। ਜਦੋਂ ਸਮਾਂ ਮਿਲ ਜਾਂਦਾ ਤਾਂ ਉਸ ਵੇਲੇ ਮੁਲਾਕਾਤ ਕਰਕੇ ਜ਼ਰੂਰ ਮੰਗ ਰੱਖੀ ਜਾਊਗੀ ਕਿ ਜਿਹੜੇ ਦੋਸ਼ੀ ਆ ਉਹਨਾਂ 'ਤੇ ਸਜ਼ਾ ਉਹਨਾਂ ਨੂੰ ਦੇਣ ਵਾਸਤੇ FIR ਲਾਂਚ ਕੀਤੀ ਜਾਵੇ। ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਧਾਰਮਿਕ ਕਾਰਵਾਈ ਕਰਨ ਵਾਸਤੇ 1 ਤਰੀਕ ਨੂੰ ਵੀ, 1 ਜਨਵਰੀ ਨੂੰ ਵੀ ਪੰਥਕ ਜਥੇਬੰਦੀਆਂ ਨੇ ਜਥੇਦਾਰ ਅਕਾਲ ਤਖ਼ਤ ਨਾਲ ਮੁਲਾਕਾਤ ਕੀਤੀ, ਮੰਗ ਪੱਤਰ ਦਿੱਤਾ ਅਤੇ ਹੁਣ 15 ਜਨਵਰੀ ਨੂੰ ਵੀ ਦਿੱਤਾ ਵਾ। ਸੋ ਇਸ ਕਰਕੇ ਅਸੀਂ ਇਨਸਾਫ਼ ਚਾਹੁੰਦੇ ਹਾਂ ਕਿ ਜਥੇਦਾਰ, ਕਿਉਂਕਿ ਇੱਕ ਆਮ ਵਿਅਕਤੀ ਦਾ ਵੀ ਇਨਸਾਫ਼ ਹੋਣਾ ਚਾਹੀਦਾ, ਪਰ ਉਹਦਾ ਇੱਕ ਕੌਮ ਦੇ ਤਖ਼ਤ ਸਰਮੌਰ ਤਖ਼ਤ ਦਾ ਜਥੇਦਾਰ ਸੀ ਔਰ ਪੂਰੀ ਕੌਮ ਵੱਲੋਂ ਲਾਇਆ ਹੋਇਆ, ਜਿਹਨੂੰ ਬਾਅਦ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਐਕਸੈਪਟ ਕੀਤਾ ਸੀ ਸਰਬੱਤ ਖਾਲਸਾ ਦੇ ਲਾਏ ਜਥੇਦਾਰ ਨੂੰ, ਅਤੇ ਉਹਦਾ ਕਤਲੇਆਮ ਇਸ ਤਰੀਕੇ ਨਾਲ ਹੋਇਆ ਹੋਵੇ ਤਾਂ ਇਨਸਾਫ਼ ਅੱਜ ਤੱਕ ਨਹੀਂ। ਉਹਦੇ ਵਾਸਤੇ ਅਸੀਂ ਇਹ ਸ਼ਹੀਦੀ ਦਿਹਾੜਾ 25 ਜਨਵਰੀ ਨੂੰ ਨਾਢਾ ਸਾਹਿਬ ਗੁਰਦੁਆਰੇ ਰੱਖਿਆ ਤਾਂ ਕਿ ਇਨਸਾਫ਼ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇ ਅਤੇ ਜਥੇਦਾਰ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤਾ। ਦਦਵਾਲ ਸਾਹਿਬ, ਇੱਕ ਸਵਾਲ ਹੋਰ ਵੀ ਸਿੱਖ ਕੌਮ ਦੇ ਮਨਾਂ ਦੇ ਵਿੱਚ ਹੈ ਕਿ ਜਦੋਂ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਇਸ ਤਰ੍ਹਾਂ ਤਸੀਹੇ ਦੇ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ, ਪਰ ਜਥੇਦਾਰ ਬਹੁਤ ਬਦਲੇ ਨੇ, ਇੱਕ ਵੀ ਸਮਾਗਮ ਆ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਨਾ ਹੋਣਾ, ਪਰਿਵਾਰ ਲਗਾਤਾਰ ਉਹਨਾਂ ਦੇ ਸਮਾਗਮ ਮਨਾਉਂਦਾ ਰਿਹਾ ਆਪਣੇ ਲੈਵਲ 'ਤੇ, ਕੀ ਕਾਰਨ ਮੰਨਦੇ ਹੋ, ਕਿਉਂ ਕਿੱਥੇ ਕਮੀ ਰਹੀ, ਕਿਉਂ ਨਹੀਂ ਕੌਮ ਮਨਾ ਸਕੀ ਉਹਨਾਂ ਦੇ ਸਮਾਗਮ, ਕਿਉਂ ਨਹੀਂ ਉਹਨਾਂ ਦੀ ਯਾਦ ਦੇ ਵਿੱਚ ਕੋਈ ਸਮਾਗਮ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ ਉਦੋਂ? ਸਭ ਤੋਂ ਵੱਡੀ ਕਮੀ ਤਾਂ ਇਹ ਰਹੀ ਕਿ ਜਿਹੜੀ ਜਾਂਚ ਰਿਪੋਰਟ ਸੀ ਉਹ ਦੱਬ ਕੇ ਰੱਖੀ, ਅਤੇ ਜਿਨ੍ਹਾਂ ਨੇ ਮਨਾਉਣਾ ਸੀ ਪੰਥ ਦੀਆਂ 2 ਸਰਮੌਰ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਉਹ ਬਾਦਲ ਪਰਿਵਾਰ ਦੇ ਪ੍ਰਬੰਧ 'ਚ ਸੀ, ਕਬਜ਼ੇ 'ਚ ਸੀਗੀ, ਤਾਂ ਉਹਨਾਂ ਨੇ ਇਹ ਰਿਪੋਰਟ ਨੂੰ ਦਬਾਇਆ ਸੀਗਾ, ਅਤੇ ਇਸ ਕਾਰਨ ਕਰਕੇ ਜਿਨ੍ਹਾਂ ਨੇ ਰਿਪੋਰਟ ਨੂੰ ਦਬਾਇਆ ਹੋਵੇ ਅਤੇ ਉਹ ਕਿੱਥੇ ਦਿਨ ਮਨਾਉਣ ਦਿੰਦੇ ਸੀ। ਅੱਜ ਜਦੋਂ ਰਿਪੋਰਟ ਜਨਤਕ ਹੋ ਗਈ ਆ ਅਤੇ ਬਾਕੀ ਉਹਨਾਂ ਕੋਲ ਰਾਜ ਭਾਗ ਨਹੀਂ ਆ, ਵੇਲੇ ਦਾ ਰਾਗ ਵੇਲੇ ਦੀਆਂ ਟੱਕਰਾਂ, ਅੱਜ ਉਹਨਾਂ ਨੂੰ ਕੌਂਕੇ ਪਿੰਡ ਵੀ ਯਾਦ ਆ ਗਿਆ, ਪਰਿਵਾਰ ਵੀ ਯਾਦ ਆ ਗਿਆ, ਪਰ ਰਾਜ ਭਾਗ ਦੇ ਦੌਰਾਨ ਯਾਦ ਨਹੀਂ ਆਇਆ। ਇਹ ਉਹਨਾਂ ਦਾ ਹੀ ਸਾਰਾ ਜਿਹੜਾ ਮੈਂ ਸਮਝਦਾ ਉਹਨਾਂ ਦੀ ਜ਼ਿੰਮੇਵਾਰੀ ਆ, ਉਹਨਾਂ ਦੀ ਜਿਹੜੀ ਆ ਦਿਆਨਤਦਾਰੀ ਨਹੀਂ ਰਹੀ, ਨੀਅਤ ਸਾਫ਼ ਨਹੀਂ ਰਹੀ, ਜਿਸ ਕਰਕੇ ਜਥੇਦਾਰ ਸਾਹਿਬ ਦਾ ਦਿਨ ਨਹੀਂ ਮਨਾਇਆ ਗਿਆ। ਅੱਜ ਉਹਨਾਂ ਕੋਲ ਰਾਜ ਭਾਗ ਨਹੀਂ ਆ ਅਤੇ ਅੱਜ ਰਿਪੋਰਟ ਜਨਤਕ ਹੋ ਗਈ ਆ ਅਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਉਹ ਵੀ ਜਥੇਬੰਦੀਆਂ ਨੇ ਦਿਨ ਰੱਖ ਦਿੱਤਾ ਸੀ, ਤਾਂ ਕਰਕੇ ਬਾਅਦ 'ਚ ਸ਼੍ਰੋਮਣੀ ਕਮੇਟੀ ਨੇ ਫਿਰ ਵਿੱਚ ਜਿਹੜਾ ਸੀ ਉਹ ਦਿਨ ਰੱਖਿਆ, ਮਜ਼ਬੂਰ ਹੋ ਕੇ ਉਹਨਾਂ ਨੂੰ ਰੱਖਣਾ ਪਿਆ ਜੀ। ਦਦਵਾਲ ਸਾਹਿਬ, ਇੱਕ ਗੱਲ ਦਾ ਹੋਰ ਵੀ ਜ਼ਿਕਰ ਹੋ ਰਿਹਾ ਖ਼ਬਰਾਂ ਦੇ ਵਿੱਚ ਵੀ, ਕਹਿੰਦੇ ਸਾਬਕਾ DGP ਸਮੇਤ ਸੈਣੀ ਦਾ ਜ਼ਿਕਰ ਨਹੀਂ ਹੈਗਾ ਜਿਹੜੀ ਹੁਣ ਕੰਪਲੇਂਟ ਦਿੱਤੀ ਗਈ ਆ, ਕਹਿੰਦੇ ਉਹਨੇ ਵੀ ਭਾਈ ਸਾਹਿਬ ਕੌਂਕੇ ਸਾਹਿਬ ਦੇ ਮੂੰਹ 'ਤੇ ਸਿਗਰਟ ਦਾ ਧੂੰਹਾਂ ਛੱਡਿਆ ਸੀ। ਦੇਖੋ, ਜਿਹੜਾ ਜਥੇਦਾਰ ਏਡਾ ਵਿਵੇਕੀ ਸਿੰਘ ਸੀ ਕਿ ਆਪਦਾ ਪ੍ਰਸ਼ਾਦਾ ਬਣਾ ਕੇ ਛਕਦਾ ਸੀਗਾ, ਜਿਹੜਾ ਕਿਸੇ ਦੇ ਹੱਥੋਂ ਜਾਂ ਬਾਹਰੋਂ ਨਹੀਂ ਸੀ ਛਕਦਾ, ਉਹਦੇ ਮੂੰਹ 'ਤੇ ਇੱਦਾਂ ਸਿਗਰਟਾਂ ਦਾ ਧੂੰਆਂ ਮਾਰਨ ਵਾਲਾ ਸੁਮੇਧ ਸੈਣੀ, ਉਹਨੂੰ ਤਾਂ ਛੱਡਿਆ ਸ਼੍ਰੋਮਣੀ ਕਮੇਟੀ ਨੇ ਕਿਉਂਕਿ ਉਹਨੂੰ ਬਾਦਲਾਂ ਨੇ DGP ਲਾਇਆ ਸੀਗਾ, ਫਿਰ ਬਾਦਲ ਵੀ ਸਿੱਧੇ ਦੋਸ਼ੀ ਆਉਂਦੇ ਆ ਕਿ ਜਿਹਨੇ ਜਥੇਦਾਰ ਦੇ ਮੂੰਹ 'ਤੇ ਸਿਗਰਟਾਂ ਦਾ ਧੂੰਆਂ ਮਾਰਿਆ ਹੋਵੇ ਅਤੇ ਉਹ ਸੁਮੇਧ ਸੈਣੀ ਨੂੰ ਤੁਸੀਂ DGP ਲਾਇਆ ਸੀ ਪੰਜਾਬ ਦਾ, ਇਸ ਕਾਰਨ ਕਰਕੇ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਦੇ ਹੇਜ 'ਚ ਅੱਜ ਵੀ ਜਿਹੜਾ ਹੈਗਾ ਉਹ ਸੁਮੇਧ ਸੈਣੀ ਨੂੰ ਜਿਹੜਾ ਹੈਗਾ ਉਹ ਬੇਗੁਨਾਹ ਕਰ ਰਹੀ ਆ। ਤੁਹਾਨੂੰ ਲੱਗਦਾ ਵੀ ਸੁਮੇਧ ਸੈਣੀ ਦਾ ਵੀ ਜ਼ਿਕਰ ਉਸ ਕੰਪਲੇਂਟ ਦੇ ਵਿੱਚ ਹੋਣਾ ਚਾਹੀਦਾ? ਬਿਲਕੁਲ, ਉਹਦੇ 'ਚ ਹੋਣਾ ਚਾਹੀਦਾ। ਦੂਸਰਾ, ਇਹ ਵੀ ਜ਼ਰੂਰ ਕਾਨੂੰਨੀ ਤਰੀਕੇ ਨਾਲ ਦੇਖਣਾ ਚਾਹੀਦਾ ਕਿ ਇੱਕ ਜਗਰਾਓਂ ਥਾਣੇ ਦੇ ਵਿੱਚ ਜਿਹੜੀ ਕੰਪਲੇਂਟ ਦਿੱਤੀ ਉਹ ਵਾਜਬ ਵੀ ਆ ਕਿ ਜਾਂ ਮੁੱਖ ਮੰਤਰੀ ਹੁਕਮ ਕਰੇ, ਮੁੱਖ ਮੰਤਰੀ ਤੱਕ ਪਹੁੰਚ ਕਰਨੀ ਚਾਹੀਦੀ ਸੀਗੀ ਕਿ ਮੁੱਖ ਮੰਤਰੀ ਜਿਹੜਾ ਹੈਗਾ ਉਹ ਆਰਡਰ ਕਰੇ ਇਸ FIR ਲਾਂਚ ਕਰਨ ਵਾਸਤੇ, ਅਤੇ ਨਾਲੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਬੇਗੁਨਾਹ ਨਹੀਂ ਕਰਨਾ ਚਾਹੀਦਾ। ਸੁਮੇਧ ਸੈਣੀ ਨੇ ਜਿੱਦਾਂ ਕਤਲੇ
ਇਲਜ਼ਾਮ ਕੀਤਾ ਅਤੇ ਜਥੇਦਾਰ ਸਾਹਿਬ ਦੇ ਤਸ਼ੱਦਦ ਕੀਤਾ, ਗਵਾਹ ਦੱਸਦੇ, ਪਰਿਵਾਰ ਦੱਸਦਾ, ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਮੈਂ ਸਮਝਦਾ ਕਿ ਪਰਿਵਾਰ ਨੂੰ ਪੁੱਛਣਾ ਵੀ ਚਾਹੀਦਾ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਕਿ ਤੁਸੀਂ 8 ਸਾਲ ਹੋਮ ਮਿਨਿਸਟਰ ਅਤੇ ਚੀਫ ਮਿਨਿਸਟਰ ਡਿਊਟੀ ਰਹੇ ਹਾਂ, ਤੁਸੀਂ ਕੀ ਕੀਤਾ? 3 ਵਾਰ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਬਣਿਆ, ਕੀ ਕੀਤਾ? ਸੁਮੇਧ ਸੈਣੀ ਨੇ ਆਹ ਕੁਛ ਕੀਤਾ, ਤੁਸੀਂ DGP ਲਾਇਆ, ਕੀ ਕੀਤਾ? ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਕਿਉਂ? ਕਿਉਂਕਿ ਕਾਂਗਰਸ ਨੇ ਜ਼ੁਲਮ ਕੀਤਾ ਸੀ, ਜਥੇਦਾਰ ਨੂੰ ਸ਼ਹੀਦ ਕੀਤਾ। ਇਹ ਦੋ ਹੀ ਪਾਰਟੀਆਂ ਸੀ ਪੰਜਾਬ 'ਚ ਉਦੋਂ, ਕਾਂਗਰਸ ਅਤੇ ਅਕਾਲੀ ਦਲ। ਇਸ ਕਰਕੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੰਥ ਦੀ ਜਮਾਤ ਸਮਝਦੇ ਹੋਏ ਉਹਨਾਂ ਨੇ, ਪਰ ਇਹ ਪੰਥ ਦੀ ਜਮਾਤ 'ਤੇ ਜਦੋਂ ਦਾ ਬਾਦਲ ਪਰਿਵਾਰ ਨੇ ਕਬਜ਼ਾ ਕੀਤਾ ਉਦੋਂ ਤੋਂ ਨਿਗਾਰ ਦੇ ਵਿੱਚ ਗਈ ਹੈ। ਤਾਂ ਹੀ ਅੱਜ ਇਹਨਾਂ ਸੰਸਥਾਵਾਂ ਨੂੰ ਸਰਵਾਈਵ ਕਰਨ ਵਾਸਤੇ ਇਹਨਾਂ ਤੋਂ ਬਾਦਲ ਪਰਿਵਾਰ ਦਾ ਛਾਇਆ ਹਟਾਉਣ ਦੀ ਲੋੜ ਆ। ਜੀ, ਜਿਸ ਤਰ੍ਹਾਂ ਸਾਬਕਾ ਅਫਸਰ ਗੁਰਤੇਜ ਸਿੰਘ ਵੀ ਖੁਲਾਸੇ ਕਰ ਰਹੇ ਨੇ, ਉਹ ਕਹਿੰਦੇ ਵੀ ਜਦੋਂ ਅਸੀਂ ਗਏ ਸੀ ਤਾਂ ਉਹ ਜਿਹੜਾ ਤਤਕਾਲੀ SSP ਸੀ ਘੋਟਣਾ, ਤਾਂ ਉਹ ਬਾਦਲ ਦੇ ਕਮਰੇ 'ਚੋਂ ਨਿਕਲ ਰਿਹਾ ਸੀ, ਕਹਿੰਦੇ ਉਹਨਾਂ ਨਾਲ ਨੇੜਤਾ ਬੜੀ ਸੀ, PA ਬਣ ਕੇ ਕੰਮ ਕਰਦਾ ਸੀ। ਇਹਦੇ ਵਾਸਤੇ ਜਿਹੜੇ ਚਸ਼ਮਦੀਦ ਆ ਉਹਨਾਂ ਨੂੰ ਖੁੱਲ੍ਹ ਕੇ ਪੰਥ ਦੇ ਸਾਹਮਣੇ ਦੱਸਣਾ ਚਾਹੀਦਾ, ਅਤੇ ਇਹਨਾਂ ਦੀਆਂ ਕਰਤੂਤਾਂ ਹੋਰ ਨੰਗੀਆਂ ਹੋਣੀਆਂ ਚਾਹੀਦੀਆਂ ਕਿ ਕਿਸ ਤਰ੍ਹਾਂ ਇਹਨਾਂ ਪੰਥ ਦੇ ਪੰਜਾਬ ਦੇ ਖਿਲਾਫਤ ਜਿਹੜੇ ਦੋਸ਼ੀ ਸੀ, ਕਾਤਲ ਸੀ, ਮੁੱਚੜਾਂ ਵਾਲਾ ਰਵੱਈਆ ਰੱਖਣ ਵਾਲੇ ਅਫਸਰ ਸੀ, ਉਹਨਾਂ ਨਾਲ ਬਾਦਲਾਂ ਨੇ ਯਾਰੀਆਂ ਰੱਖੀਆਂ। ਦਿਨੇ ਖਾੜਕੂ ਸਿੰਘਾਂ ਦੇ ਭੋਗ 'ਤੇ ਜਾ ਕੇ ਪੰਥ ਨੂੰ ਖੁਸ਼ ਕਰਨ ਦੀ ਕਵਾਇਤ, ਅਤੇ ਰਾਤ ਨੂੰ ਕਾਤਲਾਂ ਦੇ ਘਰਾਂ 'ਚ ਜਾ ਕੇ ਮੀਟਿੰਗਾਂ ਕਰਨੀਆਂ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਹ ਜਿਹੜਾ ਸਾਰਾ ਕੁਝ ਸਾਹਮਣੇ ਆ ਰਿਹਾ ਅਤੇ ਚਸ਼ਮਦੀਦ ਖੁਲਾਸੇ ਕਰ ਰਹੇ, ਇਹਦੇ ਤੋਂ ਪੰਥ ਨੂੰ ਸਮਝਣਾ ਚਾਹੀਦਾ, ਕੌਮ ਨੂੰ ਸਮਝਣਾ ਚਾਹੀਦਾ। ਸਾਡਾ ਕੋਈ ਨਿੱਜੀ ਵੈਰ ਨਹੀਂ ਆ, ਸਾਡਾ ਕੋਈ ਜਾਤੀ ਰੌਲਾ ਨਹੀਂ ਆ, ਕੋਈ ਵੱਟ ਦਾ ਰੌਲਾ ਨਹੀਂ ਆ ਬਾਦਲ ਪਰਿਵਾਰ ਨਾਲ। ਜੋ ਪੰਥ ਅਤੇ ਪੰਜਾਬ ਨਾਲ ਗਦਾਰੀਆਂ ਕੀਤੀਆਂ ਨੇ ਉਹਦੇ ਕਰਕੇ ਅਸੀਂ ਇਹ ਸਾਰਾ ਕੁਝ ਕਹਿ ਰਹੇ ਹਾਂ ਕਿ ਜੇ ਪੰਥ ਦੀਆਂ ਸੰਸਥਾਵਾਂ ਜਿਨ੍ਹਾਂ 'ਤੇ ਬਾਦਲ ਪਰਿਵਾਰ ਕਾਬਜ਼ ਹੋਇਆ ਅਤੇ ਉਹ ਨਿਗਾਰ ਵੱਲ ਗਈਆਂ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਜੋ ਪੰਥ ਦੀਆਂ ਜਮਾਤਾਂ ਨੇ ਉਹਨਾਂ ਨੂੰ ਬਚਾਉਣ ਦੀ ਲੋੜ, ਉਹ ਸਰਵਾਈਵ ਤਾਂ ਹੀ ਕਰ ਸਕਦਾ ਜੇਕਰ ਪੰਥ ਨਾਲ ਗਦਾਰੀ ਕਰਨ ਵਾਲਿਆਂ ਦਾ ਪਰਛਾਵਾਂ ਉਹਦੇ ਉੱਤੋਂ ਹਟੂਗਾ। ਤਾਂ ਜੀ ਦਦੂਵਾਲ ਸਾਹਿਬ, ਇੱਕ ਹੋਰ ਮੁੱਦਾ, ਬੇਅਦਬੀ ਮੁੱਦੇ 'ਤੇ ਤੁਸੀਂ ਨੇ ਵੀ ਮੋਰਚਾ ਲਗਾਇਆ, ਜਿਹੜੇ ਉਸ ਸਮੇਂ ਦੇ ਡੇਰਾ ਸੌਦਾ ਸਾਧ ਦੇ ਚੇਲੇ ਸੀ, 45 ਮੈਂਬਰੀ ਕਮੇਟੀ ਦੇ ਮੈਂਬਰ ਨੇ ਜਿਹੜੇ, 3 ਹਰਸ ਧੂਰੀ, ਪ੍ਰਦੀਪ ਕਲੇਰ, ਇਹ 3 ਬੰਦੇ ਹਜੇ ਵੀ ਭਗੌੜੇ ਨੇ ਜਿਨ੍ਹਾਂ ਨੇ ਵਿਵਾਦਿਤ ਪੋਸਟਰ ਲਾਏ, ਉਹਨਾਂ ਦੇ ਵਿੱਚ FIR ਦੇ ਵਿੱਚ ਉਹਨਾਂ ਦਾ ਨਾਮ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੁੰਦਾ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਬੋਲਦਾ, ਪਰ 15 ਤੋਂ ਬਾਅਦ ਲਗਾਤਾਰ ਭਗੌੜੇ ਨੇ, ਕੀ ਕਾਰਨ ਮੰਨਦੇ, ਉਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਸਕਦੀ? ਦੇਖੋ, ਪਹਿਲਾਂ ਤਾਂ ਜਿਹੜੇ ਬਾਦਲ ਸੀ ਉਹ ਕਹਿੰਦੇ ਸੀ ਪੰਜਾਬ ਵਿੱਚ ਤੁਰੀ ਜਾਂਦੀ ਸਾਨੂੰ ਕੀੜੀ ਵੀ ਨਜ਼ਰ ਆਉਂਦੀ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਵਾਲੇ ਦੋਸ਼ੀ ਨਜ਼ਰ ਨਹੀਂ ਆਏ, ਗੋਲੀਆਂ ਮਾਰਨ ਵਾਲੇ ਉਹਨਾਂ ਨੂੰ ਨਜ਼ਰ ਨਹੀਂ ਆਏ, ਬੇਅਦਬੀ ਕਰਨ ਕਰਾਉਣ ਵਾਲਾ ਸਾਜਿਸ਼ ਘੜਾ ਨਜ਼ਰ ਨਹੀਂ ਆਇਆ, ਉਹਨਾਂ ਨੂੰ ਸੰਦੀਪ ਬਰੇਟਾ, ਪ੍ਰਦੀਪ ਕਲੇਰ ਅਤੇ ਹਰਸ਼ ਧੂਰੀ, ਇਹ ਜਿਹੜੇ 3 ਖੱਬੀਆਂ ਸੱਜੀਆਂ ਬਾਹਾਂ ਸੀ ਸੌਦਾ ਸਾਧ ਦੇ, ਜਿਹੜੇ ਉਹਦੇ ਅਗਾਂਹ ਸਾਰੀ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਸਭਾ ਸਲਾਰ ਸੀਗੇ, ਜਿਹੜੇ ਬਿੱਟੂ ਕੋਟ ਕਪੂਰੇ ਵਾਲੇ ਦੇ ਨਾਲ ਲੱਗੇ ਸੀਗੇ, ਉਹ ਉਹਨਾਂ ਨੂੰ ਨਜ਼ਰ ਨਹੀਂ ਆਏ। ਕਿੰਨੀ ਵਾਰੀ ਅਦਾਲਤ ਤੋਂ ਵਾਰੰਟ ਲਏ ਗ੍ਰਿਫਤਾਰੀ ਦੇ, ਅਤੇ ਕਿਸੇ ਸਿੱਖ ਨੌਜਵਾਨ ਨੂੰ ਫੜਨਾ ਹੋਵੇ ਤਾਂ ਪੁਲਿਸ ਜਾ ਕੇ ਜਰਮਨ ਤੋਂ, ਥਾਈਲੈਂਡ ਤੋਂ ਵੀ ਫੜ ਲਿਆਉਂਦੀ ਆ, ਅਤੇ ਇਹਨਾਂ ਨੂੰ ਕਿਉਂ ਨਹੀਂ ਫੜਿਆ? ਆਦਿੱਤਿਆ ਇੰਸਾ ਕਿੱਥੇ ਗਿਆ, ਜਿਹੜਾ ਸੌਦਾ ਸਾਧ ਦਾ ਮੁੱਖ ਬੁਲਾਰਾ ਸੀ, ਉਹਨੂੰ ਕਿਉਂ ਨਹੀਂ ਅੱਜ ਤੱਕ ਗ੍ਰਿਫਤਾਰ ਕੀਤਾ? ਪੰਚਕੂਲਾ ਕਾਂਡ 'ਚ ਉਹ ਦੋਸ਼ੀ ਸੀਗਾ, ਹਨੀਪ੍ਰੀਤ ਅੰਦਰ ਰਹਿ ਕੇ ਆਈ ਹੈ, ਅਤੇ ਆਦਿੱਤਿਆ ਇੰਸਾ ਕਿੱਥੇ ਆ? ਇਹ ਜਿਹੜੇ ਬੇਅਦਬੀ ਕਾਂਡ ਦੇ, ਅਤੇ ਬੇਅਦਬੀ ਦੇ ਨਾਲ ਹੀ ਜਿਹੜਾ ਮੌੜ ਬੰਬ ਧਮਾਕਾ ਹੋਇਆ ਸੀ ਜਿਹਦੇ 'ਚ 6-7 ਬੱਚਿਆਂ ਦੀਆਂ ਕੀਮਤੀ ਜਾਨਾਂ ਗਈਆਂ, ਇੱਕ ਅੱਜ ਵੀ ਜ਼ਿੰਦਗੀ ਮੌਤ ਦੀ ਲੜਾਈ ਮੰਜੇ 'ਤੇ ਲੜਦਾ, ਨਾ ਜਿਉਂਦਿਆਂ ਨਾ ਮੁਰਦਿਆਂ 'ਚ, ਉਹਨਾਂ ਨੂੰ ਜਿਹੜਾ ਬਲਾਸਟ ਕਰਨ, ਜਿਹੜੀ ਉਹ ਕਾਰ ਦਾ ਬਲਾਸਟ ਹੋਇਆ ਸੀ, ਅਤੇ ਉਹ ਸੌਦਾ ਸਾਧ ਦੀ ਵਰਕ ਸਾਹਿਬ 'ਚ ਮੋਡੀਫਾਈ ਹੋ ਕੇ ਆਈ ਕਾਰ, ਧਮਾਕਾ ਖੇਲ ਸਮੱਗਰੀ ਉੱਥੋਂ ਆਈ, ਅਤੇ ਉਹਦੇ ਵਿੱਚ ਵੀ ਇਹ 3 ਦੋਸ਼ੀ ਆ। ਜਿਹੜੀ ਖਟੜਾ ਦੀ ਜਾਂਚ ਰਿਪੋਰਟ ਆਪਣਾ ਸਿੱਟ ਸੀਗੀ ਜਾਂਚ ਕਮੇਟੀ, ਉਹਨੇ ਵੀ ਉਹਨਾਂ ਨੂੰ ਦੋਸ਼ੀ ਕਿਹਾ। ਕਿਉਂ ਨਹੀਂ ਫੜਦੀ? ਨਾ ਹਰਿਆਣਾ ਸਰਕਾਰ ਫੜਦੀ, ਨਾ ਪੰਜਾਬ ਸਰਕਾਰ। ਕਿਉਂ ਨਹੀਂ ਅੱਜ ਤੱਕ ਫੜਿਆ ਗਿਆ? ਨਾ ਬਾਦਲ ਸਰਕਾਰ ਨੇ ਉਹਨਾਂ ਨੂੰ ਫੜਿਆ। ਉਹ ਹੈ ਕਿੱਥੇ ਨੇ? ਉਹ ਡੇਰੇ ਦੇ ਅੰਦਰ, ਡੇਰੇ 'ਚ ਕੋਈ ਜਾਂਦਾ ਨਹੀਂ ਆ।
ਇੱਕ ਵਾਰ ਡੇਰੇ ਨੂੰ ਘੇਰਾ ਪਾਉਣ ਜਾ ਰਹੀ ਸੀਗੀ ਪੁਲਿਸ ਅਤੇ ਉਹਨੂੰ ਰਾਹ 'ਚੋਂ ਮੋੜ ਲਿਆ ਸੀਗਾ ਸਰਕਾਰਾਂ ਨੇ ਨੋਟਾਂ ਅਤੇ ਵੋਟਾਂ ਦੀ ਸਾਂਝ ਸੌਦਾ ਸਾਧ ਦੇ ਨਾਲ, ਤਾਂ ਹੀ ਉਹਨੂੰ ਵਾਰ ਵਾਰ ਜਿਸ ਤਰੀਕੇ ਨਾਲ ਪਰੋਲਾਂ ਦੇ ਕੇ, ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਉਹਦੀ ਮਸਤੀ ਕਰਾਈ ਜਾਂਦੀ ਹੈ, ਸਾਰਾ ਕੁਛ ਵੋਟ ਬੈਂਕ ਦਾ ਅਸਰ ਆ, ਅਤੇ ਤਾਂ ਹੀ ਉਹਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਪਰ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਊ, ਇੱਕ ਦਿਨ ਤਾਂ ਬਲੀ ਚੜ੍ਹਨਾ ਹੀ ਪੈਣਾ, ਕਾਨੂੰਨ ਦੇ ਕਟਹਿਰੇ 'ਚ ਉਹਨਾਂ ਨੂੰ ਆਉਣਾ ਹੀ ਪੈਣਾ, ਜਿਨ੍ਹਾਂ ਨੇ ਸਾਰਾ ਕੁਛ, ਜੇ ਦੁਨਿਆਵੀ ਨਾ ਆਏ ਤਾਂ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਤਾਂ ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਜ਼ਰੂਰ ਮਿਲਣਗੀਆਂ ਜੀ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਭਾਈ ਬਲਜੀਤ ਸਿੰਘ ਦਾਦੂਵਾਲ, ਜਿਨ੍ਹਾਂ ਨੇ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਨੇ। ਇਹਨਾਂ ਨੇ ਕਿਹਾ ਕਿ ਉਸ ਸਮੇਂ ਪੰਥ ਦੀ ਸਰਕਾਰ ਸੀ, ਪੰਥ ਦੇ ਮੁੱਖ ਮੰਤਰੀ ਸੀ, ਪਰ ਇਨਸਾਫ ਉਹਨਾਂ ਨੇ ਦੇਣਾ ਸੀ, ਤਾਂ ਲੰਮਾ ਸਮਾਂ 25 ਸਾਲ ਉਹਨਾਂ ਨੇ ਫਾਈਲ ਜਿਹੜੀ ਸਰਕਾਰੀ ਦਫ਼ਤਰਾਂ ਦੇ ਵਿੱਚ ਦਬਾ ਕੇ ਰੱਖੀ, ਤਾਂ ਹੁਣ ਕੌਮ ਇਨਸਾਫ ਕਰੇਗੀ। ਉਹਨਾਂ ਨੇ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ। ਇਹਨਾਂ ਨੇ ਕਿਹਾ ਕਿ ਜਿਹੜਾ ਫਕਰੇ ਕੌਮ ਆ ਉਹ ਖਿਤਾਬ ਉਹਨਾਂ ਤੋਂ ਵਾਪਸ ਲੈਣਾ ਚਾਹੀਦਾ ਹੈ। ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੇ, ਰੋਜ਼ਾਨਾ ਸਪੋਕਸਮੈਨ, TV ਪੰਚਕੂਲਾ, ਨਾਢਾ ਸਾਹਿਬ।